ਸਤਿ ਸ੍ਰੀ ਅਕਾਲ ਇਹ ਵੀਡੀਓ ਨਰਮੇ ਵਾਲੇ ਕਿਸਾਨਾਂ ਲਈ ਆ ਹਾਲਾਂਕਿ ਨਰਮੇ ਵਾਲੇ ਕਿਸਾਨਾਂ ਦੀ ਗਿਣਤੀ ਘਟ ਰਹੀ ਹੈ ਪਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸੀਜ਼ਨ ਦੇ ਵਿੱਚ ਨਰਮੇ ਦੀ ਬਿਜਾਈ ਚੰਗੇ ਪੱਧਰ ਤੇ ਹੋਵੇਗੀ ਕਿਉਂਕਿ ਸਮੱਸਿਆਵਾਂ ਚੱਲ ਰਹੀਆਂ ਸੀ ਕਾਫੀ ਜ਼ਿਆਦਾ ਮਿੰਥ ਫੈਲੇ ਹੋਏ ਸੀਗੇ ਕਿ ਗੁਲਾਬੀ ਸੁੰਡੀ ਦੇ ਨਾਲ ਨਰਮਾ ਖਰਾਬ ਹੋ ਗਿਆ ਜੀ ਨਕਲੀ ਬੀਜ ਆ ਗਏ ਦੇਖੋ ਆਪਣੇ এনवायरमेंट ਆਪਣੇ ਸਿਸਟਮ ਦੀ ਪ੍ਰੋਬਲਮ ਹੈਗੀ ਹੈ ਕਿ ਇੱਥੇ ਗਲਤ ਚੀਜ਼ ਨੂੰ ਹਮੇਸ਼ਾ ਹੀ ਅਣਜਾਣ ਬੰਦਾ ਵੀ ਕਰ ਲੈਂਦਾ ਤੇ ਜਿਹੜੀ ਚੰਗੀ ਚੀਜ਼ ਆ ਉਹਨੂੰ ਕਈ ਵਾਰ ਐਜੂਕੇਟਿਡ ਕਿਸਾਨ ਵੀ ਨਹੀਂ ਅਪਣਾ ਪਾਉਂਦਾ ਕਿਉਂਕਿ ਈਗੋ ਫ੍ਰਸਟ੍ਰੇਸ਼ਨ ਸਰਕਾਰਾਂ ਦਾ ਜਿਹੜਾ ਗਲਤ ਗਿਆਨ ਵੰਡਿਆ ਹੋਇਆ ਉਹਦੇ ਨਾਲ ਵੀ ਕਾਫੀ ਜ਼ਿਆਦਾ ਪ੍ਰੋਬਲਮ ਚਲਦੀ ਰਹਿੰਦੀ ਹੈ ਤੇ ਨਰਮੇ ਦੀ ਫਸਲ ਆਪਣੀ ਵੱਡੀ ਜਾ ਚੁੱਕੀ ਹੈ ਬਜਾਈ ਹੋਣ ਲੱਗੀ ਹੈ ਸ਼ੁਰੂ ਤੇ ਅੱਜ 13 ਨਵੰਬਰ ਆ ਤੇ 13 ਨਵੰਬਰ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਣਾ ਖੇਤ ਖਾਲੀ ਹੋ ਗਿਆ ਥੋੜੇ ਜਿਹੇ ਟਿੰਡੇ ਟੁੱਟੇ ਆ ਤੇ ਬਾਕੀ ਸਾਰਾ ਖੇਤ ਤਿੰਨ ਚੁਗਾਈਆਂ ਦੇ ਤਹਿਤ ਸਾਰਾ ਖੇਤ ਚੋਗ ਲਿਆ ਹੈਗਾ ਕਿੰਨੀ ਟੋਟਲ ਪੈਦਾਵਾਰ ਹੋਈ ਹੈ 54 ਕਨਾਲਾ ਮੇਰੇ ਕੋਲ ਨਰਮਾ ਸੀਗਾ ਤੇ ਉਹਦੇ ਵਿੱਚੋਂ ਪਹਿਲੇ ਨੰਬਰ ਤੇ ਕਿਹੜੀ ਵੈਰੈਟੀ ਆਈ ਹੈ ਮੈਨੇ ਚਾਰ ਵੈਰੈਟੀਆਂ ਲਾਈਆਂ ਹੋਈਆਂ ਸੀ ਮੈਨੇ 773 ਹਰਾਸੀ ਲਾਇਆ ਹੋਇਆ ਸੀ ਹਰਾਸੀ 926 ਲਾਇਆ ਹੋਇਆ ਸੀ ਤੇ ਇਸ ਤੋਂ ਇਲਾਵਾ ਨੂਜੀ ਵਿਡੂ ਟੈਲੈਂਟ ਵੀਡੂ ਲਾਇਆ ਹੋਇਆ ਸੀਗਾ ਤੇ ਇਸ ਤੋਂ ਇਲਾਵਾ ਕੁਝ ਲੇਟ ਸੋਇੰਗ ਦੇ ਵਿੱਚ ਇੱਥੇ ਚੂਹੇ ਵਗੈਰਾ ਖਾ ਜਾਂਦੇ ਆ ਪਹਿਲੇ ਪੰਦੇ ਨੇੜੇ ਜਾ ਕੇ ਜੂਨ ਦੇ ਵਿੱਚ ਉਸਦੀ ਵੀ ਅਸੀਂ ਬਜਾਈ ਕੀਤੀ ਹੋਈ ਸੀ ਜੇਕੇ ਪਾਸਪਾਸ ਵੈਰੈਟੀ ਦੀ ਇਹਨਾਂ ਦੋ ਵੈਰੈਟੀਆਂ ਦਾ ਨੰਬਰ ਬਾਅਦ ਚ ਆਇਆ ਟੈਲੈਂਟ ਤੇ ਜੇਕੇ ਪਾਸਪਾਸ ਦਾ ਇਹਨਾਂ ਦੇ ਵਿੱਚ ਕੋਈ ਜ਼ਿਆਦਾ ਚੰਗੀ ੀਲਡ ਨਹੀਂ ਆਈ ਐਵਰੇਜ ੀਲਡ ਦੀ ਵੀ ਗੱਲ ਕਰਾਂਗੇ ਹਾਈਐਸਟ ੀਲਡ ਦੀ ਵੀ ਗੱਲ ਕਰਾਂਗੇ ਪਰ ਇੱਕ ਮੈਨੂੰ ਇੱਕ ਡਾਟਾ ਟੇਬਲ ਬਣਾਉਣ ਦੇ ਲਈ ਤੁਸੀਂ ਮੇਰੀ ਹੈਲਪ ਕਰਨੀ ਹੈਗੀ ਆ ਤੁਸੀਂ ਕਿਸ ਏਰੀਏ ਤੋਂ ਤੁਹਾਡਾ ਨਾਮ ਤੇ ਤੁਹਾਡੇ ਕੋਲੇ ਕਿੰਨੇ ਏਕੜ ਨਰਮੇ ਦੀ ਖੇਤੀ ਆ ਕੀ ਇਸ ਵਾਰ ਦੜਾ ਪੈ ਗਿਆ ਤੁਹਾਡਾ ਤੁਸੀਂ ਮੁਕਸਰ ਤੋਂ ਮਲੋੜ ਤੋਂ ਬਠਿੰਡੇ ਤੋਂ ਪੰਜਾਬ ਹਰਿਆਣਾ ਰਾਜਸਥਾਨ ਕਿਸੇ ਵੀ ਲੋਕੇਸ਼ਨ ਤੋਂ ਆਪਣਾ ਪਿੰਡ ਨਾਮ ਲਿਖੋ ਤਹਿਸੀਲ ਡਿਸਟ੍ਰਿਕਟ ਲਿਖੋ ਤੁਸੀਂ ਕਿੰਨੇ ਏਕੜ ਦੀ ਖੇਤੀ ਕਰਦੇ ਹੋ ਤੇ ਕਿੰਨਾ ਤੁਹਾਡਾ ਝਾੜ ਇਸ ਵਾਰ ਰਿਹਾ ਕਿਉਂਕਿ ਆਉਣ ਵਾਲੇ ਸੀਜ਼ਨ ਦੇ ਲਈ ਆਪਾਂ ਜਿਹੜੇ ਇਸ ਵਾਰ ਤੇਜਰਬੇ ਕੀਤੇ ਸੀਗੇ ਉਹਨਾਂ ਦੇ ਵਿੱਚੋਂ ਤਿੰਨ ਸਫਲ ਵੀ ਹੋਏ ਆ ਉਹ ਇੱਕ ਤਾਂ ਬਹੁਤ ਹੀ ਵਧੀਆ ਸਫਲ ਹੋਇਆ ਵੀ ਝਾੜ ਦੇ ਵੱਲ ਵੱਧ ਸਕਦੇ ਆ ਆਪਾਂ ਸਾਰੇ ਕਿਸਾਨ ਤੇ ਕੁਝ ਦੋ ਫਾਰਮੂਲੇ ਇਸ ਤਰ੍ਹਾਂ ਦੇ ਜਿਨ੍ਹਾਂ ਤੇ ਮੇਰਾ ਖਰਚ ਕੀਤਾ ਕਰਾਇਆ ਰਹਿ ਗਿਆ ਕੋਈ ਰਿਜ਼ਲਟ ਵਧੀਆ ਨਹੀਂ ਆਇਆ ਤੇ ਮੈਨੂੰ ਫੇਲਰ ਮਿਲੀ ਹੈਗੀ ਤੇ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਆ ਇਸ ਵੀਡੀਓ ਦੇ ਵਿੱਚ ਤੇ ਗੱਲ ਕਰੀਏ ਝਾੜ ਦੇ ਮਾਮਲੇ ਦੇ ਵਿੱਚ ਜਿਹੜਾ weight gain ਆ crop ਦਾ ਉਹ 773 ਦਾ ਵਧੀਆ ਆਇਆ ਮੇਰੇ ਖੇਤ ਦੇ ਵਿੱਚ ਹਾਲਾਂਕਿ ਮੇਰੇ ਕੋਲੇ ਕੋਈ ਜ਼ਿਆਦਾ ਏਰੀਆ ਨਹੀਂ ਸੀ 73 ਦਾ ਪਰ ਫਿਰ ਵੀ ਉਸ ਏਰੀਏ ਦੀ ਐਵਰੇਜ 9 ਕਵਾਂਟਲ 40 ਕਿਲੋ ਤੱਕ ਚਲੀ ਗਈ ਚੰਗੇ ਰੇਟ ਚੱਲਦੇ ਸਾਰ ਕੇ ਆਪਾਂ ਕਹਿ ਸਕਦੇ ਹਾਂ ਬਾਕੀ ਵੈਰਾਈਟੀਆਂ ਨੂੰ ਉਹ ਰਿਕਵਰ ਕਰ ਗਿਆ ਵਾਇਰਸ ਵੀ ਉਸ ਤੇ ਆਇਆ ਛੰਡੀ ਉਸ ਤੇ ਆਈ ਨਹੀਂ ਇੱਕ ਉਸ ਤੇ ਅਸੀਂ ਵੱਖਰੇ ਤਰੀਕੇ ਦਾ ਅ ਟਰਾਇਲ ਕੀਤਾ ਸੀਗਾ ਲੋ ਬਾਇਓਮਾਸ ਪ੍ਰੈਕਟਿਸ ਕਿ ਬੂਟੇ ਦੇ ਉੱਤੇ ਪੱਤਿਆਂ ਦੀ ਗਿਣਤੀ ਘੱਟ ਹੋਵੇ ਬੂਟਾ ਫਲਾ ਵੀ ਘੱਟ ਕਰੇ ਹਿਸਾਬ ਦਾ ਕੱਦ 5-6 ਫੁੱਟ ਦਾ ਹੋਵੇ ਤੇ ਬੂਟੇ ਦੇ ਉੱਪਰ ਟਿੰਡਿਆਂ ਦੀ ਗਿਣਤੀ ਜ਼ਿਆਦਾ ਹੋਵੇ ਤੇ ਨਿਊਟ੍ਰੀਸ਼ਨ ਦੇ ਕੇ ਅਸੀਂ ਟਿੰਡਿਆਂ ਨੂੰ ਮੋਟਾ ਕਰ ਲਗੇ ਤੇ ਖੜ ਜਾਵੇ ਖੇਤ ਦੇ ਵਿੱਚ ਇਹ 4 ਪੁਆਇੰਟ ਨੂੰ ਅੱਗੇ ਰੱਖ ਕੇ ਫੋਕਸ ਕਰਕੇ ਆਪਾਂ ਉਹਦੇ ਪ੍ਰੈਕਟਿਸ ਤੇ ਕੰਮ ਕੀਤਾ ਤੇ ਉਹ ਪ੍ਰੈਕਟਿਸ ਆਪਣੀ ਕਾਮਯਾਬ ਹੋਈ ਹੈ ਬਿਜਾਈ ਤੋਂ ਪਹਿਲਾਂ ਤੁਹਾਨੂੰ ਪੂਸੀ ਪੂਰੀ ਉਸ ਪ੍ਰੈਕਟਿਸ ਤੇ ਜਾਣਕਾਰੀ ਦੇਵਾਂਗੇ ਉਹ ਤਜਰਬਾ ਆਪਣਾ ਸਫਲ ਹੋ ਚੁੱਕਿਆ ਤੇ ਦੂਜੀ ਨੰਬਰ ਤੇ ਆਪਣੀ ਵੈਰਾਈਟੀ ਰਹੀ ਹੈਗੀ ਹਰਾਸੀ 926 ਜਿਹਦੇ ਵਿੱਚ ਵੇਲਟ ਨਹੀਂ ਆਇਆ ਜਿਹਦੇ ਵਿੱਚ ਹਰਾਪਣ ਬਹੁਤ ਰਿਹਾ ਜਿਹਦੇ ਵਿੱਚ ਟਿੰਡਿਆਂ ਦੀ ਗਿਣਤੀ ਬਹੁਤ ਵਧੀਆ ਸੀ ਚੁਗਾਈ ਦੇ ਵਿੱਚ ਪ੍ਰੋਬਲਮ ਨਹੀਂ ਆਈ ਹੈਗੀ ਤੇ ਉਸ ਵੈਰਾਈਟੀ ਦੀ ਸਾਡੀ ਐਵਰੇਜ ਈਲਡ ਆਈ ਹੈ 7 ਕੁਆਂਟਲ 40 ਕਿਲੋ ਤੇ ਉਸ ਤੋਂ ਇਲਾਵਾ ਜਿਹੜਾ ਮੇਰੇ ਕੋਲ ਦੋ ਵੈਰੈਟੀਆਂ ਰਹੀਆਂ ਨੂਜੀ ਵੀ ਡੂ ਟੇਲੈਂਟ ਤੇ ਨਾਲ ਜੇ ਕਿ ਪਾਸਪਾਸ ਉਹਨਾਂ ਦੀ ਵੈਰੈਟੀਆਂ ਦੀ ਜੀਲਡ ਬਹੁਤ ਡੋਮਿਨੈਂਟ ਆਈ ਐ ਵਾਇਰਸ ਬਹੁਤ ਜ਼ਿਆਦਾ ਆਇਆ ਵਾਇਰਸ ਦੀ ਰਿਕਵਰੀ ਹੋਣੀ ਸ਼ੁਰੂ ਹੋਈ ਲੇਟ ਹੋਈ ਰਿਕਵਰੀ ਤੋਂ ਬਾਅਦ ਜੀਲਡ ਦੇ ਵਿੱਚ ਮੰਨ ਲਓ ਉਹਨਾਂ ਨੇ ਯੋਗਦਾਨ ਨਹੀਂ ਪਾਇਆ ਜੋ ਟਿੰਡੇ ਦਾ ਸਾਈਜ਼ ਬਣਿਆ ਉਹਦਾ weight ਨਹੀਂ ਗੇਨ ਹੋਇਆ ਜਾਂ ਇਸ ਵਾਰ ਜਿਹੜਾ ਬਾਰਿਸ਼ ਚਲਦੀ ਰਹੀ ਰੁਕ ਰੁਕ ਕੇ ਲੇਟ ਤੇ ਟੈਂਪਰੇਚਰ ਵੀ ਹਾਈ ਰਹਿੰਦਾ ਰਿਹਾ ਤੇ ਜਿਹਦੇ ਕਰਕੇ ਵੇਲਟ ਲਾਸ ਦਾ ਜਿਹੜਾ ਆਪਾਂ ਦੇਖੀਏ ਜਿਆਦਾ ਅਸਰ ਪਿਆ ਉਹ ਇਹਨਾਂ ਦੋ ਵੈਰੈਟੀਆਂ ਦੇ ਪਿਆ ਜਿਨ੍ਹਾਂ ਦੀ ਐਵਰੇਜ ਈਲਡ 4 ਕਵਾਂਟਲ 70 ਕਿਲੋ ਤੇ 5 ਕਵਾਂਟਲ ਤੱਕ 8 ਕਨਾਲ ਦੇ ਏਕੜ ਵਿੱਚ ਗਿਆ ਓਵਰ ਆਲ ਮੇਰੀ ਜਿਹੜੀ ਐਵਰੇਜ ਆ ਮੇਰੇ ਸਾਰੇ ਖੇਤ ਦੀ ਐਵਰੇਜ ਉਹ 6 ਕਵਾਂਟਲ ਸਮਥਿੰਗ ਗਈ ਆ ਮਤਲਬ 30 ਕਿਲੋ 6 ਕਵਾਂਟਲ ਸਮਥਿੰਗ ਗਈ ਆ ਬਟ ਜਿਹੜੀਆਂ ਵੈਰੈਟੀਆਂ ਨੂੰ ਖੁਦ ਦੇਖਿਆ ਜੱਜ ਕੀਤਾ ਹੋਰ ਖੇਤਾਂ ਦੇ ਵਿੱਚ ਵੀ ਦੇਖ ਰਹੇ ਹਾਂ ਰਾਜਸਥਾਨ ਦੇ ਇੱਕ ਕਿਸਾਨ ਮੇਰੇ ਨਾਲ ਟੱਚ ਦੇ ਵਿੱਚ ਨੇ ਜਿਨ੍ਹਾਂ ਦਾ ਪੰਜ ਕਨਾਲ ਦੇ ਇਕੜ ਵਿੱਗੇ ਵਿੱਚੋਂ ਵੀ ਪੈਦਾਵਾਰ 7 ਕੁਇੰਟਲ 10 ਕੁਇੰਟਲ 9 9.5 ਕੁਇੰਟਲ ਤੱਕ ਵੀ ਗਈ ਹੈਗੀ ਹੈ ਤੇ ਉਹਨਾਂ ਨੇ ਵੀ ਇਹ ਫੀਲ ਕੀਤਾ ਕਿ ਜਿਸ ਤਰੀਕੇ ਦੀ ਫਸਲ ਸੀਗੀ ਜਾਂ ਮੈਨੇਜਮੈਂਟ ਹੋਇਆ ਜਾਂ ਫਸਲ ਦੀ ਲੁੱਕ ਸੀ ਦਿੱਖ ਸੀ ਅਸੀਂ ਪੈਦਾਵਾਰ ਲੈ ਰਹੇ ਸੀਗੇ ਤਾਂ ਓਵਰਆਲ ਇੱਕ ਕੁਇੰਟਲ ਸਾਨੂੰ weight loss ਹੋਇਆ ਉਹ এনवायरमेंट ਕਰਕੇ ਟੈਂਪਰੇਚਰ ਕਰਕੇ ਵਰਖਾ ਕਰਕੇ ਕਿਸੇ ਵੀ ਕਾਰਨ ਕਰਕੇ ਹੋਰ ਹੋ ਸਕਦਾ ਪਰ ਆਪਾਂ ਕਹੀਏ ਇੱਕ ਰਫਾਈਨ ਕ੍ਰੋਪ ਪ੍ਰੈਕਟਿਸ ਬਣਾਉਣ ਦੇ ਵਿੱਚ ਆਪਾਂ ਕਾਫੀ ਹੱਦ ਤੱਕ ਸਫਲ ਹੋਏ ਆ ਇੰਨੇ ਜਿਆਦਾ ਮਾੜੇ ਦੌਰ ਦੇ ਵਿੱਚ ਆਪਾਂ ਜਿੱਥੇ بارش ਘੱਟ ਹੋਈ ਹੈ ਉੱਥੇ ਨਰਮੇ ਠੀਕ ਰਹੇ ਆ ਇੱਥੇ بارش ਜਿਆਦਾ ਹੋਈ ਹੈ ਉੱਥੇ ਵੀ ਪ੍ਰੋਬਲਮ ਆਈ ਆ ਜਿੱਥੇ ਵਾਇਰਸ ਜਿਆਦਾ ਆਇਆ ਬੱਛਰ ਦਾ ਹਮਲਾ ਜਿਆਦਾ ਹੋਇਆ ਇਹ ਸਮੱਸਿਆਵਾਂ ਕਿਤੇ ਦੂਰ ਜਾਣ ਵਾਲੀਆਂ ਨਹੀਂ ਹੈਗੀਆਂ ਇਹ ਸਮੱਸਿਆਵਾਂ ਦੇ ਵਿੱਚ ਰਹਿ ਕੇ ਆਪਾਂ ਇੰਨੀ ਵਧੀਆ ੀਲਡ ਲੈ ਜਾਂਦੇ ਆ ਤਾਂ ਮੈਨੂੰ ਲੱਗਦਾ ਇੱਕ ਚੰਗੇ ਪੋਜ਼ਿਟਿਵ ਕਲਾਈਮੇਟ ਦੇ ਵਿੱਚ ਆਪਾਂ ਹੋਰ ਵੀ ਵਧੀਆ ਆਪਾਂ ਜੀਲ ਲੈ ਲਵਾਂਗੇ ਕੁਝ ਵੈਰੈਟੀਆਂ ਨੂੰ ਅਸੀਂ ਨਕਾਰ ਦਿੱਤਾ ਹੈਗਾ ਕੁਝ ਵੈਰੈਟੀਆਂ ਨੂੰ ਅਸੀਂ ਚੰਗੇ ਹੱਥੀ ਲਿਆ ਪੋਜ਼ਿਟਿਵਲੀ ਲਿਆ ਉਹਨਾਂ ਦਾ ਡਾਟਾ ਰਿਕਾਰਡ ਕੀਤਾ ਹੋਇਆ ਮੈਂ ਖੇਤ ਵੀ ਦੇਖੇ ਹੋਏ ਆ ਇੱਕ ਖੇਤ ਨੂੰ ਤਿੰਨ ਤਿੰਨ ਵਾਰ ਵੀ ਦੇਖਿਆ ਹੋਇਆ ਜਿਨ੍ਹਾਂ ਦੇ ਵਿੱਚ 8-9 ਵੈਰੈਟੀਆਂ ਨਰਮੇ ਦੀਆਂ ਆਪਾਂ ਕਾਮਯਾਬੀ ਦੇ ਰਾਹ ਦੇ ਉੱਤੇ ਖੜੀਆਂ ਹੋਈਆਂ ਤੁਰਦੀਆਂ ਹੋਈਆਂ ਦੇਖ ਰਹੇ ਹਾਂ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਲਾ ਕੇ ਆਪਾਂ ਚੰਗੇ ਝਾੜ ਲੈ ਸਕਦੇ ਹਾਂ ਤੁਹਾਨੂੰ ਸਵਾਲ ਇੱਕੋ ਹੀ ਹੈ ਕਿ ਤੁਹਾਡਾ ਨਾਮ ਇੰਡਪਿੰਡੈਂਟ ਏਰੀਆ ਡਿਸਟ੍ਰਿਕਟ ਤੇ ਕਿੰਨੇ ਏਕੜ ਦਰਮਿਆਨੇ ਦੀ ਖੇਤੀ ਕਰਦੇ ਹੋ ਕੀ ਤੁਹਾਡੀ ਐਵਰੇਜ ਈਲਡ ਆਈ ਹੈ ਕਿਹੜੀ ਪ੍ਰੈਕਟਿ ਲਗਾਈ ਹੋਈ ਸੀ ਇਹਦਾ ਡਾਟਾ ਤੁਸੀਂ ਮੈਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕਣਕ ਸਰੋਂ ਤੇ ਜੌਂ ਦੀ ਖੇਤੀ ਦੇ ਨਾਲ ਸੰਬੰਧਤ ਵੀਡੀਓ ਮਿਲਦੀਆਂ ਰਹਿਣਗੀਆਂ ਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਨਰਮੇ ਦੀ ਖੇਤੀ ਨੂੰ ਨਰਮੇ ਦੇ ਵਿੱਚ ਵਧੀਆ ਕਰੋਪ ਪ੍ਰੈਕਟਿਸ ਕਰਨ ਦੇ ਲਈ ਆਪਾਂ ਜਿੰਨੇ ਵੀ ਯਤਨ ਕਰ ਸਕਦੇ ਆ ਉਹ ਟਾਈਮ ਤੋਂ ਪਹਿਲਾਂ ਕਰਾਂਗੇ ਤੇ ਤੁਹਾਡੀ ਹਰ ਵੀਡੀਓ ਦੇ ਰਾਹੀਂ ਮਦਦ ਕਰਦੇ ਰਹਿਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ